नुकेरा वर्सेस चाहिया सर जी हेलो हेलो तो सभी का फिर से लाइक देने का बहुत बहुत धन्यवाद सर जी इस बार देखिए हरियाणा नेशनल कबड्डी टूर्नामेंट इस बार सात नंबर जर्सी पहने हुए शानदार खिलाड़ी सर जी अंपायर साहब बहुत अच्छा जंप यहाँ पर नुकेरा की शानदार खिलाड़ी 32 नंबर जर्सी पहने हुए राजीव विश्व की तरफ से 100 रुपए इनाम मिले ताली बजा के भी राजीव विश्व के लिए आए मिल गई जिवे एयरपोर्ट ते कुड़मुनिया मिलदिया ने आए ढल लिया जिवे एयरपोर्ट ते कुड़मुनिया मिलदिया ने सामने कि फिर मुकाबला सामने जमीन
बहुत ही शानदार मुकाबला चल रहा है। एक शायर ले गया है बहुत ही बढ़िया साढ़े उस्ताद के जी भाई गई क्योंकि जो मैं कबड्डी खेलता भी नहीं हूँ ता भी सुपर रेड मार दी है ते 100 रुपया इनाम है। एक बार खिंच के ताली मार दो। एक सुपर जी होगी है ओदे लिए भी 100 रुपया दिंदे है। शेयर कर दो यार वीर बन के सारे यार। ਹੁਣ ਜਿਹੜੀ ਟੀਮ ਦੀ ਖਿਡਾਰਨ ਸੁਪਰ ਰੈਂਡ ਮਾਰੂਗੀ ਉਹਨੂੰ 100 ਰੁਪਿਆ ਰਾਜੇ ਵਿਸ਼ੂ ਰਾਜੂ ਜੀ ਵਿਸ਼ੂ ਵੱਲੋਂ ਟੈਕਨੀਕਲ ਪੁਆਇੰਟ ਜਿਹੜਾ ਬਹੁਤ ਹੀ ਵਧੀਆ ਟੂਰਨਾਮੈਂਟ ਲੱਕੀਰੇ ਦੀ ਧਰਤੀ ਦਾ ਕਿੱਕ ਤੋਂ ਮੱਕੇ ਦੇ ਆਇਆ ਦੁਨੀਆ ਸਾਰੀ ਲੱਭਣੀ ਨਹੀਂ ਮੋਜ ਲੁਕੇਰੇ ਦੇ ਗਰਾਊਂਡ ਵਰਗੀ ਰੱਬਾ ਸਾਡੀ ਵੀ ਜਵਾਨੀ ਲੰਘ ਜੇ ਕਿੱਥੇ ਗੇਜੇ ਸਟਾਰ ਦੇ ਵਾਂਗੂ ਵਾਕੀ ਕਹਿੰਦੇ ਗੇਜੇ ਸਟਾਰ ਵਰਗੀ ਜਿਹੜੀ ਜਵਾਨੀ ਹਰੇਕ ਖਿਡਾਰੀ ਦੇਖਦਾ ਇੱਕ ਵਾਰ ਗੇਜੇ ਸਟਾਰ ਲਈ ਖਿੱਚ ਕੇ ਤਾਲੀ ਮਾਰ ਦਿਓ ਜਿਹੜੇ ਨੇ ਇਸ ਗਰਾਊਂਡ ਲਈ ਆਪਾਂ ਨੂੰ ਜੋੜਿਆ। ਇਸ ਨਗਰ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ। ਆਏ ਹੋਏ ਸਾਰੇ ਦਰਸ਼ਕਾਂ ਦਾ ਮਹਿਮਾਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਹੀ ਵਧੀਆ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਜਿਹੜਾ ਸਮਾਂ ਦਿੱਤਾ ਹੈ। ਜੇ ਲੁਕੇਰੇ ਦੀ ਟੀਮ ਜਿੱਤਦੀ ਹੈ ਤੇ ਰਾਜੇ ਜੀ ਵਿਸ਼ੂ ਵੱਲੋਂ 500 ਰੁਪਏ ਇਨਾਮ ਹੈ। ਖਿੱਚ ਕੇ ਤਾਲੀ ਮਾਰੋ ਵੀ ਰਾਜੇ ਜੀ ਵਿਸ਼ੂ ਵੱਲੋਂ ਲਓ ਕਹਿੰਦੇ ਇੱਕ ਨੰਬਰ ਕਿੱਟ ਵਾਲੀ ਨੌਜਵਾਨ ਅੱਗੇ ਵਧੀ ਹੈ। ਸਾਹਮਣੇ ਆਪਾਂ ਟੱਕਾਂਗੇ ਸੱਤ ਜਾਫੀ ਤਿਆਰ ਵੱਲ ਤਿਆਰ ਹੈ। ਲਓ ਕਿਹਦੇ ਟੱਚ ਵੱਧਦਾ ਗੱਲ ਸਮੇਂ ਦੀ ਹੋਣੀ ਹੈ। ਸਮਾਂ ਬਲਵਾਨ ਹੈ ਕਬੱਡੀ ਵੀ ਕਹਿੰਦੇ ਮਹਾਨ ਹੈ ਹੈਦਰ ਵੀ ਕਹਿੰਦੇ ਲਕੀਰੀ ਵਾਲੀ ਖਿਡਾਰਨ ਹੈ ਤਿਆਰ ਵੱਲ ਤਿਆਰ ਹੈ ਸਾਹਮਣੇ ਅੱਬੇ ਲਓ ਐਂਡ ਕਹਿੰਦੇ ਸੇਫ ਕਬੱਡੀ ਪਾ ਕੇ ਆਪਣੀ ਲੋੜ ਜਵਾਬ ਸੀ ਆਓ ਗਿਣਤੀ ਹੈ। ਸਾਹਮਣੇ ਫਿਰ ਕਹਿੰਦੇ 32 ਨੰਬਰ ਕਿੱਟ ਵਾਲੀ ਨੌਜਵਾਨ ਖਿਡਾਰਨ ਅੱਗੇ ਵਧੀ ਹੈ। ਸਾਹਮਣੇ ਜਿਹੜੀ ਦੋ ਖਿਡਾਰਨ ਤਿਆਰ ਵੱਲ ਤਿਆਰ ਨੇ ਲਓ ਕਹਿੰਦੇ ਕੌਣ ਕਿਹਨੂੰ ਡੱਕਦਾ ਹੈ ਗੱਲ ਕਹਿੰਦੇ ਐਨ ਸਮੇਂ ਦੀ ਹੋਣੀ ਹੈ ਪਰ ਪੁਆਇੰਟ ਇਸ ਸਮੇਂ ਰੇਡਰ ਦੇ ਹਿੱਸੇ ਜੁੜ ਗਿਆ ਪੁਆਇੰਟ ਇਸ ਸਮੇਂ ਆਲ ਇਨ ਦੇ ਇਸ਼ਾਰੇ ਹੋ ਗਏ ਹੈ ਆਲ ਇਨ ਦੇ ਜਿਹੜੇ ਇਸ਼ਾਰੇ ਹੋ ਗਏ ਆ ਲੋਕਦੇ ਇੱਕ ਪਲੰਟੀ ਹੋਰ ਲੱਗੀ ਚਾਹੀਏ ਦੀ ਟੀਮ ਨੂੰ ਸਾਹਮਣੇ ਆਪਾਂ ਟੱਕਾਂਗੇ ਚਾਹੀਏ ਦੀ ਖਿਡਾਰਨ ਤੇਜ਼ ਤਰਾਰ ਖਿਡਾਰਨ ਸੇਫ ਕਬੱਡੀ ਪਾ ਕੇ ਆਪਣੀ ਲੋੜ ਵਾਪਸ ਕਰਦੀ ਹੋਈ ਅੱਗੇ 7 ਨੰਬਰ ਕਿੱਟ ਵਾਲੀ ਲੋਕਦੇ ਐਂਡ 7 ਜਾਂ ਫਿਰ ਤਿਆਰ ਪਰ ਤਿਆਰ ਹੈ ਗੱਲ ਕਹਿੰਦੇ ਐਂ ਸਮੇਂ ਹੈ ਸਮਾਂ ਬਲਵਾਨ ਹੈ ਕਬੱਡੀ ਦੇ ਗਰਾਊਂਡ ਵਿੱਚ ਵਿਸ਼ਵਾਸ ਕਰਦੀ ਬਾਈ ਸਾਹਿਬ
ਇਹ ਹੋਦੀ ਹੈ ਖੇਡ ਇਹਨੂੰ ਕਿਹਦੇ ਖੇਡ ਕਬੱਡੀ ਇਹ ਜਿਵੇਂ ਗੱਲਾਂ ਕਿਤੇ ਪੂਰੇ ਟਿਕਾਣੇ ਲਾਈ ਹੋਏ ਨੇ ਸਮੇਂ ਜਾਂਦੇ ਦੇਖ ਕੇ ਜੁੜਦੇ ਆ ਫਰੀਕਾ ਅਗਲੀ ਕਬੱਡੀ ਪਾਉਣ ਲਈ ਫਿਰ ਕਿਤੇ ਬੜਾ ਬੁੜੀ ਨੂੰ ਕੁੜੀ ਸੀ ਜਾਵੇ ਸੱਤ ਨੰਬਰ ਕਿੱਟ ਇਹ ਗੱਲਾਂ ਚ ਮੈਂ ਐਂ ਟਿਕਾਣੇ ਆ ਜੀ ਆਪਣਾ ਟਾਈਮ ਫਿਰ ਕਬੱਡੀ ਅਗਲੀ ਕਬੱਡੀ ਰਤਾਸ ਜਿੱਥੇ ਬਾਹਰ ਸੁਣ ਰਿਹਾ ਚਾਏ ਵਾਲੇ ਕਮਰੇ ਦੀ ਚਾਬੀ ਲੈ ਕੇ ਜਾਵੇ ਰਤਾਸ ਮੇਰਾ ਫੋਨ ਰਾਜਸਥਾਨ ਕਬੱਡੀ ਐਸੋਸੀਏਸ਼ਨ ਬਹੁਤ ਹੀ ਰਿਹੜੀ ਰਹੇਗਾ ਸਾਡੇ ਗਿਰਜੇ ਸਾਹਿਬ ਜਿਨ੍ਹਾਂ ਨੇ ਕਬੱਡੀ ਨੂੰ ਬਹੁਤ ਹੀ ਬੜਾਵਾ ਦਿੱਤਾ ਨਾਲ ਹੀ ਗਰਾਊਂਡ 'ਤੇ ਜੁੜਦੇ ਹੋਏ ਟੱਕਾਂਗੇ ਨਜ਼ਾਰਾ ਖੇਡ ਦੇ ਮੈਦਾਨ ਵਿੱਚ ਲਾਓ ਕਹਿੰਦੇ ਚਾਹੀਏ ਵਾਲੀ ਕਬੱਡੀ ਪਾ ਰਹੀ ਹੈ ਪਰ ਕਬੱਡੀ ਲੱਗਦੀ ਹੱਥ ਦੀ ਖੇਡ ਦੀ ਆਪਣੇ ਗਰਾਊਂਡ ਦੇ ਵਿੱਚ ਕਰਦੀ ਹੋਈ ਲਾਓ ਐਸ ਮੁਟਿਆਰ ਲਈ ਖਿੱਚ ਕੇ ਤਾਲੀ ਮਾਰਦਾ ਲਗਾਤਾਰ ਆਪਣੀ ਟੀਮ ਲਈ ਰੈਡਾ ਪਾ ਰਹੀ ਹੈ ਲਾਓ ਕਹਿੰਦੇ ਸੱਤ ਨੰਬਰ ਗਿੱਟ ਵਾਲੀ ਮੁਟਿਆਰ ਸਾਹਮਣੇ ਕਹਿੰਦੇ ਕਦੇ ਖੱਬੇ ਅਤੇ ਕਦੇ ਸੱਜੇ ਐਂਡ ਕਹਿੰਦੇ ਪੁਆਇੰਟ ਪੂਰੀ ਕੋਸ਼ਿਸ਼ ਕਰ ਰਹੀ ਹੈ ਲਾਓ ਕਹਿੰਦੇ ਸਮਾਂ ਰੇਡਰ ਆਊਟ ਦੇ ਸਾਰੇ ਹੈਂਡ ਕਹਿੰਦੇ ਚਾਰ ਪਰ ਚਾਰ ਖੜੇ ਨੇ ਲਓ ਕਹਿੰਦੇ ਬੱਤੀ ਨੰਬਰ ਕਿੱਟ ਵਾਲੀ ਮੁਟਿਆਰ ਫਿਰ ਕਹਿੰਦੇ ਗੇਜੇ ਦੇ ਖੇਡਣ 'ਚ ਕਬੱਡੀ ਪਾ ਰਹੀ ਹੈ ਸਾਹਮਣੇ ਚਾਹੀਏ ਵਾਲੀ ਵੀ ਕਹਿੰਦੇ ਚਾਰ ਪਰ ਚਾਰ ਹੈ ਪਰ ਬੋਨਸ ਬੋਨਸ ਪੁਆਇੰਟ ਦਾ ਜਿਹੜਾ ਟਰਾਈ ਕੀਤੀ ਹੈ ਪੁਆਇੰਟ ਕੀ ਹੋਵੇਗਾ ਗੱਲ ਕਹਿੰਦੇ ਰੈਫਰੀ ਸਾਹਿਬਾਂ ਦੇ ਜਾ ਕੇ ਟਿੱਗੀ ਹੈ ਰੈਫਰੀ ਸਾਹਿਬਾਨ ਦਾ ਜਿਹੜਾ ਹਿੱਸਾ ਹੈ ਬੋਨਸ ਟੂ ਰੈਡਰ ਚਾਹੀਏ ਵਾਲੀ ਕਬੱਡੀ ਪਾ ਰਹੀ ਹੈ ਬਾਰਾਂ ਨੰਬਰ ਦੀ ਕਿੱਟ ਹੈ ਸਕੋਰ ਵੱਲ ਆਪਾਂ ਡੀਗਾ ਮਾਰਾਂਗੇ ਲਗੇਰੇ ਦੇ ਜਿਹੜੇ ਪੁਆਇੰਟ ਹੈ ਉਹ 25 ਪੁਆਇੰਟ ਹੈ ਅਤੇ ਚਾਹੀਏ ਦੇ ਜਿਹੜੇ ਪੁਆਇੰਟ ਹੈ 7 ਪੁਆਇੰਟ ਹੈ 25 ਅਤੇ 7 ਉੱਧਰ ਕਹਿੰਦੇ ਵੱਡੇ ਐਲਾਨ ਹੋਏ ਹੈ ਪਟੇਲ ਜੀ ਗੁਜ਼ਾਰਾ ਵੱਲੋਂ ਜਿਹੜੀ ਟੀਮ ਜਿੱਤੂਗੀ ਉਹਨੂੰ 2 ਕਿਲੋ ਕੇਲੇ ਬਹੁਤ ਹੀ ਵਧੀਆ ਪਟੇਲ ਜੀ ਗੁਜ਼ਾਰਾ ਵੱਲੋਂ ਜਿਹੜੀ ਚੀਜ਼ ਬੁਲਾਈ ਜਾਂਦੀ ਉਹ ਦੇਣੀ ਪੈਣੀ ਹਾਂਜੀ ਹੈਲੋ ਇਸ ਮੈਚ ਕੇ ਤੁਰੰਤ ਬਾਅਦ 60 ਕਿਲੋ ਵੇਟ ਮੇ ਨੁਗੇਰਾ ਏਮ ਅਸੀ ਸ਼ਖਮ ਰਾਜ ਕਾ ਇਸ ਟੀਮ ਦਾ ਮੈਚ ਹੈ ਨੁਗੇਰਾ ਏਮ ਅਸੀ ਸ਼ਖਮ ਰਾਜ ਕਾ ਨੁਗੇਰਾ ਏਮ ਅਸੀ ਸ਼ਖਮ ਰਾਜ ਕਾ ਮੈਚ ਬਹੁਤ ਹੈ ਇਸ ਲਈ ਰਾਤ ਕੋ ਵੀ ਮੈਚ ਚਲੇਂਗੇ ਔਰ ਟੀਮੇ ਥੋੜਾ ਧਿਆਨ ਰੱਖੇ ਜਿਸ ਕਾ ਨਾਮ ਬੋਲਾ ਜਾਏ ਉਹ ਉਸੀ ਹਿਸਾਬ ਸੇ ਗਰਾਊਂਡ ਮੇ ਪਹੁੰਚ ਜਾਏ ਨੁਗੇਰਾ ਅਸੀ ਸ਼ਖਮ ਰਾਜ ਕਾ ਉਸਕੇ ਬਾਅਦ ਬਾਲਕ ਬਸੀ ਸੱਪਾਵਾਲੀ
ਚੱਪਣ ਵਾਲੀ ਤੱਕੀ ਗਰਾਊਂਡ ਜਾਂਦਾ ਹੈ ਮੁਕੇਰਾ ਏ ਵੰਜੀ ਚੱਕ ਮਹਾਰਾਜ ਦਾ ਬਾਲਕ ਵੰਜੀ ਚੱਪਣ ਵਾਲੀ ਇਹ ਟੀਮੇ ਤਿਆਰ ਹੈ दस नंबर किट वाली इस बैल के लिए 100 रुपए अनिल जी गोलकना की तरफ से 100 रुपए बहुत ही शानदार तीन नंबर किट वाली नौजवान बड़े यार विरोधियों की खेमे की कबड्डी पाँदी है पर पॉइंट इस समय रेडर के हिस्से जुड़ गए अगली कबड्डी पाने फिर कहते एंड कहते चाहिए वाली कत भावे मच्छी मोटर जिन्हें कम एंड कहते हाथ से टावर जिन्हें करती है लो कहते नौजवान मुंडियार रेड भी बड़ी है सामने आप तका जी एंड कहते तकीने वाले भी तैयार पर तैयार है पॉइंट कि हिस्से जुड़ना है वो गल समय हो रही है लो जी सारी संगत को हाथ मन के बेनती है गुरु जी वालों ऐलान किया है कि एक नारा लाना आप सारे दर्शकों को बेनती है कि हाथ खड़े करके बोलना है ਗੁਲਜੀਤ ਵੀ ਜੁੜਿਆ ਲਾਈਵ ਤੇ ਬੜਾ ਧੰਨਵਾਦ ਕਰਦੇ ਹਾਂ ਮੈਨੇਜਰ ਕਿਤੇ ਗੁਲਸ਼ਨ ਨੂੰ ਆ ਕੇ ਜੁੜਿਆ ਗੁਲਸ਼ਨ ਦਾ ਵੀ ਕਿਤੇ ਧੰਨਵਾਦ ਕਰਦੇ ਹਾਂ ਸਾਡੇ ਘਰ ਦਾ ਜੀ 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 कृपा राम जी बोनिया दी दोती और 10 नंबर किट पे प्रियंका जी सारण अगर राम जी सारण जी की दोती मेरा गांव की शान मैं
दर्शकों एक बेनती करूंगा जिहड़ी कली पौंदे जवाक उन्होंने एक बार खिंच के ताली मारो जी। बहुत ही वड्डी सेवा जिहड़ी कली वाले जवाकों ने इस ग्राउंड में दी है, जिन्हों धन्यवाद करते हैं जवाकों का भी जेडे इस ग्राउंड में सेवा दे रहे हैं। 12-34 है जी सर जी, 11 ते 34 स्कोर है, 34 जने लुकी रहे हैं ते 11 पॉइंट चले गए। लास्ट 5 मिनट दे ये सारे रन मैदान दे बहुत ही वधिया चलता हुआ मैच, बहुत ही वधिया चलता हुआ टूर्नामेंट। पूरे 37 साल हो गए टूर्नामेंट हो गए। सब तो वड्डी जिहड़ी सेवा इस ग्राउंड नूं दित्ती है, नाम बोलांगा सिंधा सिंह जी सारण ते अरविंद मैया, दोनों ने एक बार खिंच के ताली मार दी क्योंकि इस ग्राउंड नूं जोड़न लई बहुत मेहनत करनी पैंदी है। नाल ही सारे गोसाई स्पोर्ट्स क्लब के जिहड़े मैंबर है, नगर वासी है उन्हों का भी दिलों धन्यवाद करांगे जिहड़े इस खेड नूं स्पोंसर कर रहे हैं। ਬੜਾ ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ, ਕਿੰਨੇ ਪਿਆਰ ਇੰਨਾ ਜੀ ਪੈਗਾਮ, ਕਿੰਨੇ ਬਾਬਾ ਵੀ ਜਿਹੜੇ ਹੈ ਬਾਓ ਜੀ ਸਾਹਮਣੇ ਪਿਆਰ ਲਗਭਗ ਜੀ ਜਿੱਤ ਚੁੱਕੀ ਹੈ, ਹੁਣ ਤਾਂ ਸਿਰਫ ਉਪਚਾਰਿਕਤਾ ਹੀ ਰਹਿ ਗਈਆਂ। ਬਹੁਤ ਧੰਨਵਾਦ ਜੀ ਤੁਹਾਡਾ ਵੀ, ਬਹੁਤ ਬਹੁਤ ਧੰਨਵਾਦ ਜੀ। ਲਓ ਜੀ ਪਰਮਾਤਮਾ ਦੀ ਮਿਹਰ ਕਰਾਂਗੇ, ਇਸ ਤੋਂ ਵੀ ਅੱਗੇ ਵੀ ਵੱਡਾ ਟੂਰਨਾਮੈਂਟ ਹੋਏ ਤੱਕ ਸੋਹਣਿਆਂ ਲਈ ਤਾਂ ਕਿਤੇ ਕਿਤੇ ਵੱਡੇ ਵੱਡੇ ਖਿਡਾਰੀ ਦੇਖਣ ਨੂੰ ਮਿਲਣਗੇ ਆਪਾਂ ਨੂੰ ਵੀ, ਕਿਤੇ ਆਉਣ ਵਾਲੀ ਕਿਤੇ ਤਾਰੀਖ ਕਿਤੇ 54,000 ਅਤੇ ਕਿਤੇ 31,000 ਵੀ ਮੈਨੂੰ ਲੱਗਦਾ ਹੈ ਕਿਤੇ ਲੇਟ ਭੱਜੀ ਆ ਰਹੀ ਹੈ। ਚੱਕ ਸੋਹਣੇ ਵਾਲੀ ਵੀ ਧਰਤੀ ਕਿਤੇ ਵੱਡਾ ਟੂਰਨਾਮੈਂਟ ਜੀ, ਉੱਥੇ ਵੀ ਸਾਰੇ ਜ਼ਰੂਰ ਪਹੁੰਚੋ ਜੀ। ਭਾਈ ਸਾਹਿਬ ਇੱਕ ਅਤੇ 2 ਤਾਰੀਖ ਕਹਿੰਦੇ ਪਿੰਡ ਗੋਦਰਾਂ ਦੀ ਧਰਤੀ ਕਿਤੇ 55 ਕਿਲੋ ਭਾਰ ਦੇ ਜਿਹੜੇ ਵੀਰੇ ਟੂਰਨਾਮੈਂਟ ਹੋਣ ਜਾ ਰਹੇ ਹੈ, ਜਿਹਦੇ ਵਿੱਚ 5 ਇੱਕ ਪਿੰਡ ਦੇ ਖੇਡ ਸਕਦੇ ਆ, 2 ਪਲੇਅਰ ਬਾਹਰ ਦੇ। ਓਨਲੀ ਰਾਜਸਥਾਨ ਦੇ ਜੀ 7100 ਅਤੇ 5100 ਚੱਲਦਾ ਮੈਚ ਜਿਹੜਾ ਵੀਰੇ ਲੁਕੇਰਾ ਜਿੱਤ ਗਿਆ।